ਅਸੀਂ ਡਿਸਕਸ ਕਰ ਰਹੇ ਸੀਗੇ ਮੈਡੀਟੇਸ਼ਨ, ਮਾਈਂਡਫੁਲਨੈਸ ਜਾਂ ਧਿਆਨ ਜਾਂ ਅਟੇਨਮੈਂਟ, ਇਨਲਾਈਟਨਮੈਂਟ. ਨਾਲ ਨਾਲ ਅਸੀਂ ਗਰੇਵਾਲ ਸਾਹਿਬ ਥੋੜ੍ਹਾ ਜਿਹਾ ਸਬਜੈਕਟ ਤੋਂ ਡਿਫਰੈਂਟ ਜਾ ਰਹੇ ਸੀ ਕਿ ਯੂਥ ਨੂੰ ਕਿਵੇਂ ਲਾਇਆ ਜਾਏ, ਹਾਲਾਂਕਿ ਉਹ ਸਬਜੈਕਟ ਦਾ ਹੀ ਹਿੱਸਾ ਹੈਗਾ. ਤੁਸੀਂ ਆਪਣੀ ਵਿਚਾਰ ਦੱਸਦੇ ਹੋਏ ਇਹ ਵੀ ਕਿਹਾ ਕਿ ਜਦੋਂ ਅਸੀਂ ਸਮਝਦੇ ਹਾਂ ਆਪਣੀ ਬੋਡੀ ਨੂੰ, ਅਸੀਂ ਨਾ ਬੋਡੀ ਹੈ, ਨਾ ਅਸੀਂ ਮਾਇੰਡ ਹੈ, ਨਾ ਅਸੀਂ ਇੰਟਲੈਕਟ ਹੈ, ਅਸੀਂ ਸਿਰਫ ਇੱਕ ਜੋਤ ਹੈ. ਔਰ ਜਿਵੇਂ ਗੁਰੂ ਨਾਨਕ ਸਾਹਿਬ ਨੇ ਵੀ ਕਿਹਾ, ਮਨ ਤੂੰ ਜੋਤ ਸਮਾਨ ਹੈ, ਆਪਣਾ ਮੂਲ ਪਹਿਚਾਣ. ਸਾਡਾ ਫਰਜ਼ ਇਹ ਹੈ ਕਿ ਆਪਣਾ ਮੂਲ ਜਿਹੜਾ ਹੈਗਾ ਉਹਨੂੰ ਪਹਿਚਾਣ, ਜਦੋਂ ਉਹਦੇ ਨਾਲ ਕਨੈਕਟ ਹੋ ਜਾਈਏ ਤਾਂ ਆਈ ਥਿੰਕ ਐਵਰੀਥਿੰਗ ਫਾਲਸ ਇਨ ਅ ਪਲੇਸ. ਨਾਲ ਨਾਲ ਤੁਸੀਂ ਇਹ ਵੀ ਮਤਲਬ ਸਬਜੈਕਟ 'ਤੇ ਡਿਸਕਸ ਕਰ ਰਹੇ ਸੀ ਕਿ ਸਮਵੇਅਰ ਅਸੀਂ ਡਾਊਨ ਦਾ ਲਾਈਨ ਕਿਤੇ ਗਲਤ ਪਾਸੇ ਜਾ ਰਹੇ ਹਾਂ ਐਜ਼ ਆ ਸਿੱਖਇਜ਼ਮ. ਹਾਲਾਂਕਿ ਸਾਡੇ ਗੁਰਦੁਆਰਾ ਸਾਹਿਬ ਬਹੁਤ ਨੇ, ਬਹੁਤ ਗੁਰਦੁਆਰੇ ਨੌਰਥ ਅਮੈਰੀਕਾ 'ਚ ਖੁੱਲ੍ਹ ਗਏ ਨੇ, ਪਰ ਗੁਰਦੁਆਰਿਆਂ ਦਾ ਜਿਹੜਾ ਸਿਸਟਮ, ਜਿਹੜਾ ਢਾਂਚਾ ਪਹਿਲਾਂ ਤੋਂ ਸ਼ੁਰੂ ਹੋਇਆ, ਜਿਹੜੇ ਪਹਿਲਾਂ ਇਮੀਗ੍ਰੈਂਟਸ ਆਏ ਸੀ ਉਹਨਾਂ ਦਾ ਬੜੀ ਸਦਭਾਵਨਾ ਦੇ ਨਾਲ, ਸੇਵਾ ਦੀ ਭਾਵਨਾ ਦੇ ਨਾਲ ਉਹ ਗੁਰਦੁਆਰਿਆਂ ਨੂੰ ਸਿੰਜਿਆ, ਉਹਨਾਂ ਨੂੰ ਉਸ ਲੈਵਲ 'ਤੇ ਲੈ ਕੇ ਆਏ. ਪਰ ਹੁਣ ਔਫ ਲੇਟ ਕੀ ਹੈ ਕਿ ਇੱਥੋਂ ਦੇ ਹਿਸਾਬ ਦੇ ਨਾਲ ਜਿਵੇਂ ਚਰਚਿਸ ਬਣਦੇ ਸੀ, ਚਰਚਿਸ ਇੱਕ ਪ੍ਰਾਈਵੇਟ ਕਾਰਪੋਰੇਟ ਦੀ ਉਸ 'ਤੇ ਬਣਦੇ, ਇਸੇ ਤਰ੍ਹਾਂ ਗੁਰਦੁਆਰੇ ਵੀ ਰਜਿਸਟਰ ਹੋਣੇ ਸ਼ੁਰੂ ਹੋ ਗਏ. ਨੋ ਰੋਂਗ, ਨਥਿੰਗ ਰੋਂਗ ਵਿਦ ਦੈਟ, ਬਟ ਹੌਲੀ 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 ਕੀ ਹੈ ਕਿ ਇਸ ਵੇਲੇ ਕਿ ਸਾਡੇ ਬੱਚੇ, ਜੇ ਤੁਸੀਂ ਬੱਚਿਆਂ ਨਾਲ ਡਿਸਕਸ ਕਰੋ, ਮੈਂ ਯੰਗਸਟਰ ਨਾਲ ਕਾਫੀ ਡਿਸਕਸ ਵੀ ਕਰਦਾ ਰਹਿੰਦੇ ਹਾਂ, ਉਹ ਕਹਿੰਦੇ ਵੀ ਸਾਨੂੰ ਉੱਥੇ ਗੁਰਦੁਆਰੇ 'ਚੋਂ, ਆਈ ਮੀਨ ਵੀ ਆਰ ਲੁਕਿੰਗ ਐਟ ਵਟ ਵੀ, ਵਟ ਇਜ਼ ਦਾ ਟੇਕ ਹੋਮ. ਆਈ ਮੀਨ ਟੇਕ ਹੋਮ ਹੈ, ਤੁਸੀਂ ਚਰਚ ਵੀ ਜਾਓ, ਐਟਲੀਸਟ ਅੱਧਾ ਪੌਣਾ ਘੰਟਾ ਜਦੋਂ ਪ੍ਰੀਸਟ ਤੁਹਾਨੂੰ ਕੋਈ ਸਰਮਨ ਦਿੰਦਾ, ਉਹ ਬਾਈਬਲ 'ਚੋਂ ਕੁਛ ਨਾ ਕੁਛ ਸਿਖਾਉਂਦਾ, ਐਟਲੀਸਟ ਯੂ ਗੋ ਲਰਨ ਐਂਡ ਗੋ ਬੈਕ. ਬਿਲਕੁਲ ਠੀਕ ਹੈ. ਪਰ ਸਾਡਾ ਜਿਹੜਾ ਮਾਡਲ ਇਵੋਲਵ ਹੋ ਗਿਆ ਕਿ ਠੀਕ ਹੈ ਪਾਠ ਹੁੰਦਾ ਉੱਥੇ, ਯੰਗ ਬੱਚਿਆਂ ਨੂੰ ਪਾਠ ਨਹੀਂ ਸਮਝ ਆਉਂਦਾ, ਕੀਰਤਨ ਹੁੰਦਾ ਉਹਨਾਂ ਨੂੰ ਉਹ ਸਮਝ ਨਹੀਂ ਆਉਂਦਾ, ਜਾਂ ਕੋਈ ਕਥਾ ਕਰਦੇ, ਕਥਾ ਕਰਨ ਵਾਲੇ ਪਹਿਲਾਂ ਤਾਂ ਗੁਰਬਾਣੀ ਦੀ ਕਥਾ ਕਰਦੇ ਸੀਗੇ, ਉਹਦੀ ਤਰਜਮਾ ਕਰਦੇ ਸੀ, ਅੰਗਰੇਜ਼ੀ ਤਰਜਮਾ ਕਰਨ ਵਾਲੇ ਤਾਂ ਬਹੁਤ ਥੋੜ੍ਹੇ ਨੇ. ਹਾਲਾਂਕਿ ਕੁਛ ਇੱਕ ਗੁਰਦੁਆਰੇ 'ਚ ਹੁਣ ਇਹ ਜ਼ਰੂਰ ਹੋ ਗਿਆ ਕਿ ਸਕਰੀਨ ਦੇ ਉੱਪਰ ਟ੍ਰਾਂਸਲੇਸ਼ਨ, ਬਟ ਉਹ ਵੀ ਲਿਟਰਲ ਟ੍ਰਾਂਸਲੇਸ਼ਨ, ਡੀਪਰ ਮੀਨਿੰਗ ਨਹੀਂ ਹੈਗਾ. ਤੋ ਵਿਦ ਰਿਜ਼ਲਟ ਇੱਕ ਰਿਚੁਅਲ ਜਿਹੀ ਬਣ ਗਈ ਹੈ ਕਿ ਤੁਸੀਂ ਗੁਰਦੁਆਰੇ ਜਾਓ, ਮੱਥਾ ਟੇਕੋ. ਔਰ ਯੰਗ ਬੱਚੇ ਜਿਹੜੇ ਹੈਗੇ, ਹੈਵਿੰਗ ਬੀਨ ਐਜੂਕੇਟਡ ਇਨ ਦੀਸ ਕੰਟਰੀਜ਼, ਉਹ ਹਰੇਕ ਚੀਜ਼ ਦਾ ਕਾਰਨ ਪੁੱਛਦੇ ਆ. ਖਾਸਕਰ ਇੱਕ ਤਾਂ ਅਸੀਂ ਰਿਚੁਅਲ, ਗੁਰੂ ਨਾਨਕ ਸਾਹਿਬ ਨੇ ਜਿਹੜੀ ਜਿਹੜੀ ਰਿਚੁਅਲ ਤੋਂ ਸਾਨੂੰ ਪਾਸੇ ਢਾਇਆ, ਅਸੀਂ ਬੈਕ ਉਹੀ ਰਿਚੁਅਲਸ ਨੂੰ ਜ਼ਿਆਦਾ ਕਰਨ ਲੱਗ ਪਏ ਹਾਂ. ਹਾਂਜੀ, ਉਹਨਾਂ ਦੀ ਵਾਇਲੇਸ਼ਨ ਕਰਦੇ ਹਾਂ ਜੋ ਗੁਰੂ ਗ੍ਰੰਥ ਸਾਹਿਬ 'ਚ. ਸੋ ਇਹ ਬੜਾ ਇੱਕ ਵੱਡਾ ਚੈਲੇਂਜ ਹੈ. ਇਸ ਚੈਲੇਂਜ ਨੂੰ ਤੁਹਾਡੇ ਹਿਸਾਬ ਦੇ ਨਾਲ ਹਾਊ ਡੂ ਵੀ ਗੋ ਅਬਾਊਟ ਇਟ, ਵਟ ਆਰ ਦਾ ਆਨਸਰਸ ਵੀ ਕੈਨ ਡਿਸਕਸ, ਐਂਡ ਲੋਕ ਆਪਣੇ ਸੁਣਨ ਵਾਲਿਆਂ ਤੋਂ ਵੀ ਅਸੀਂ ਵਿਚਾਰ ਮੰਗਾਂਗੇ, ਤਾਂ ਕਿ ਬਿਕੋਜ਼ ਸਾਡਾ ਸਿਰਫ ਰਿਲੀਜਸ ਹੋਣਾ ਜਾਂ ਸਿੱਖੀ ਨੂੰ ਕਾਇਮ ਰੱਖਣਾ, ਜਦ ਤੱਕ ਕਿ ਅਸੀਂ ਆਪਣੀ ਵਿਰਾਸਤ ਆਪਣੀ ਸੈਕਿੰਡ ਥਰਡ ਜਨਰੇਸ਼ਨ ਨੂੰ ਨਾ ਪਾਸ ਕਰ ਸਕੀਏ ਤਾਂ ਅਸੀਂ ਫੇਲ ਹੋ ਜਾਵਾਂਗੇ. ਪਿਆਰੀ ਸਾਧ ਸੰਗਤ, ਮੈਂ ਬ੍ਰਿਗੇਡੀਅਰ ਸਾਹਿਬ ਨਾਲ ਬਿਲਕੁਲ ਸਹਿਮਤ ਹੈ. ਇਟਸ ਏ ਵੈਰੀ ਸੀਰੀਅਸ ਪ੍ਰੋਬਲਮ, ਅਤੇ ਇਸ ਦਾ ਹੱਲ ਜਿੰਨੀ ਛੇਤੀ ਆਪਾਂ ਲੱਭੀਏ ਓਨਾ ਚੰਗਾ ਹੋਊਗਾ, ਕਿਉਂਕਿ ਜਿਹੜੇ ਆਪਣੇ ਬੱਚੇ ਨੇ ਉਹ ਵਾਂਝੇ ਰਹਿ ਰਹੇ ਨੇ ਆਪਣੀ ਗੁਰਬਾਣੀ ਤੋਂ. ਇਹਦਾ ਮੂਲ ਕਾਰਨ ਇਹ ਹੈ ਕਿ ਜਿਹੜੇ ਪੁਰਾਣੇ ਬੈਠੇ ਨੇ ਉਹ ਆਪਣੀ ਪੋਜੀਸ਼ਨ ਨੂੰ ਛੱਡਣਾ ਨਹੀਂ ਮੰਗਦੇ, ਅਤੇ ਹੁਣ ਜਿਹੜੇ ਬੱਚੇ ਆਪਣੇ ਅਮੈਰੀਕਾ ਅਤੇ ਇੱਥੇ ਆ ਗਏ, ਦੇ ਆਰ ਮੱਚ ਵਾਈਜ਼ਰ, ਦੇ ਆਰ ਮੱਚ ਮੋਰ ਇੰਟੈਲੀਜੈਂਟ, ਦੇ ਆਰ ਮੱਚ ਮੋਰ ਓਪਨ ਟੂ ਡਿਬੇਟ ਐਂਡ ਰੀਜ਼ਨਿੰਗ ਐਂਡ ਸਾਇੰਟੀਫਿਕ ਡਿਸੀਜਨ. ਹੁਣ ਦੇਖੋ, ਆਪਾਂ ਐਵੇਂ ਸ਼ਨੀਆਂ ਮਾਰੀ ਜਾਈਏ, ਜਿਵੇਂ ਬਾਬਾ ਨਾਨਕ ਜੀ ਨੇ ਜਦੋਂ ਲੰਗਰ ਸ਼ੁਰੂ ਕੀਤਾ ਸੀ, ਉਹਨਾਂ ਨੇ ਕਿਹਾ ਵੀ ਸਾਰੇ ਬਰਾਬਰ ਹੋਣ. ਵੀ ਆਰ ਸਟਿਲ ਮੇਨਟੇਨਿੰਗ ਦੈਟ ਕਿ ਬਈ ਉਹ ਵਿਹੜੇ ਵਾਲਾ ਹੈ, ਉਹ ਫਲਾਣਾ ਹੈ, ਉਹ ਤਿਪਕਾ ਹੈ. ਲੈਟਸ ਓਵਰਕਮ ਦੈਟ ਵੈਨ ਏ ਨਿਊ ਆਈਡੀਆ ਹੈਜ਼ ਕਮ, ਕਿ ਵੀ ਮਸਟ ਐਜੂਕੇਟ ਆਰ ਯੰਗਰ ਜਨਰੇਸ਼ਨ, ਟਿਲ ਦੈਮ ਵਟ ਆਰ ਆਰ ਟੈਨ ਕਮਾਂਡਮੈਂਟਸ, ਵਟ ਗੁਰੂ ਗ੍ਰੰਥ ਸਾਹਿਬ ਟੈਲਸ ਅਸ ਟੂ ਫੋਲੋ, ਵਟ ਆਰ ਦਾ ਬੇਸਿਕ ਪ੍ਰਿੰਸੀਪਲਸ ਆਫ ਏ ਗੁੱਡ ਸਿੱਖ. ਅਤੇ ਇਸ ਕਰਕੇ ਮੇਰੀ ਬੇਨਤੀ ਹੈ, ਹੁਣ ਜਦੋਂ ਇਹ ਆਈਡੀਆ ਆ ਗਿਆ, ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਵੀ ਗੋਟ ਟੂ ਫਾਈਟ ਫੋਰ ਦਿਸ ਆਈਡੀਆ ਟੂ ਬੀ ਇੰਪਲੀਮੈਂਟਡ. ਅਤੇ ਜਿਵੇਂ
ਇਹਨਾਂ ਨੇ ਬੜੀ ਸਾਫ਼ ਸੁਥਰੀ ਗੱਲ ਕੀਤੀ ਕਿ ਅਸੀਂ ਸਿਰਫ ਗੁਰਦੁਆਰੇ ਐਜ ਏ ਰਿਚੁਅਲ ਜਾਂਦੇ ਹਾਂ, ਐਜ ਏ ਰਿਚੁਅਲ ਕਿ ਭਾਈ ਗਏ ਮੱਥਾ ਟੇਕਿਆ ਇੰਟਰੈਕਸ਼ਨ ਕੀਤਾ, ਇਟਸ ਮੋਰ ਆਫ ਏ ਇੰਟਰੈਕਸ਼ਨ, ਆਈ ਮੀਨ ਗੇਟ ਟੂਗੈਦਰ ਰਾਦਰ ਦੈਨ ਪਿਕਿੰਗ ਅਪ ਸਮ ਗੁੱਡ ਵਟ ਯੂ ਕਾਲ ਕੌਂਸਲਿੰਗ ਫਰੋਮ ਦਾ ਹੋਲੀ ਬੁੱਕ ਐਂਡ ਅਨਫੋਰਚੁਨੇਟਲੀ ਵੀ ਆਰ ਨੋਟ ਟ੍ਰੇਨਿੰਗ ਟੀਚਰਸ, ਦੋਜ਼ ਹੂ ਕੈਨ ਸਪੀਕ ਇੰਗਲਿਸ਼, those who can interact in English, those who can interpret Gurbani in depth, not the literal meaning, jede apne kathawaja kaake kahaniyan pa dende ne. So for God's sake, let's stop that. Jeda apne apna Guru Granth Sahib na ho reha hai, jeda apna bani na ho reha hai, let's move forward, let's take our younger generation with us. Hun main tuhanu dassan, mera ik dota hai, meri ਮੇਰੇ ਦੋ ਦੋਹਤੇ ਨੇ, ਇੱਕ ਦੋਹਤੀ ਹੈ, ਉਹਨਾਂ ਦਾ ਮੇਰੇ ਨਾਂ ਅਤੇ ਉਹਨਾਂ ਦੀ ਨਾਨੀ ਨਾਲ ਜ਼ਿਆਦਾ ਇੰਟਰੈਕਸ਼ਨ ਹੈ ਬਨਿਸਬਤ ਕਿ ਉਹਨਾਂ ਦੇ ਆਪਣੇ ਪੇਰੈਂਟਸ ਨਾਲ, ਕਿਉਂਕਿ ਸਾਨੂੰ ਇਹ ਐਡਵਾਂਟੇਜ ਹੈ ਕਿ ਅਸੀਂ ਆਪਣੇ ਗ੍ਰੈਂਡ ਕਿਡਸ ਨਾਲ ਅੰਗਰੇਜ਼ੀ 'ਚ ਇੰਟਰੈਕਟ ਕਰ ਸਕਦੇ ਹਾਂ। ਦੂਜੀ ਗੱਲ ਇਹ ਹੈ, ਅਸੀਂ ਉਹਨਾਂ ਦਾ ਸਵਾਲ ਸੁਣ ਕੇ ਉਹਦਾ ਆਨਸਰ ਲੱਭ ਕੇ ਵੀ ਕੈਨ ਟੈਲ ਦੇਮ ਇਨ ਇੰਗਲਿਸ਼। ਇਸ ਕਰਕੇ ਸਾਰਿਆਂ ਤੋਂ ਵੱਡੀ ਬੇਨਤੀ ਮੇਰੀ ਇਹ ਹੈ ਪੇਰੈਂਟਸ ਨੂੰ ਕਿ ਦੇ ਮਸਟ ਸਟਾਰਟ ਲਰਨਿੰਗ ਇੰਗਲਿਸ਼ ਐਂਡ ਦੇ ਮਸਟ ਹੈਵ ਲੈਪਟੋਪ ਔਰ ਕੰਪਿਊਟਰ ਸੋ ਦੈਟ ਦੇ ਮਸਟ ਨੋ ਵਾਟ ਇੰਟਰਨੈਟ ਸੇਜ਼। ਜੇ ਤੁਸੀਂ ਚਾਹੁੰਦੇ ਹੋ ਕਿ ਬਈ ਤੁਹਾਡੇ ਗ੍ਰੈਂਡ ਕਿਡਸ ਆ ਕੇ ਤੁਹਾਨੂੰ ਹੱਗ ਕਰਨ ਅਤੇ ਕਹਿਣ ਹਾਏ ਹਾਏ ਨਾਨੂ ਹਾਏ ਦਾਦੂ ਯੂ ਲਵ ਇਟ, ਇਸ ਕਰਕੇ ਯੂ ਹੈਵ ਟੂ ਮੂਵ ਫੋਰਵਰਡ। ਇੱਕ ਜੀ ਨਾ ਮੈਥੋਂ ਨਹੀਂ ਉਹ ਕੀਤਾ ਜਾਂਦਾ। ਸੋ ਜੇ ਆਪਾਂ ਚਾਹੁੰਦੇ ਹਾਂ ਕਿ ਆਪਣੀ ਯੰਗਰ ਜਨਰੇਸ਼ਨ ਫਿਊਚਰ ਜਨਰੇਸ਼ਨ ਅੱਗੇ ਵਧੇ ਅਤੇ ਸਿੱਖ ਧਰਮ ਅੱਗੇ ਵਧੇ, ਦੈਨ ਆਈ ਪਰਸਨਲੀ ਫੀਲ ਦਾ ਬੇਸਿਕ ਨੀਡ ਇਜ਼ ਕਿ ਆਪਾਂ ਉਹ ਵੋਲੰਟੀਅਰ ਲਈਏ ਜਿਹੜੇ ਅੰਗਰੇਜ਼ੀ 'ਚ ਆ ਕੇ, ਹੁਣ ਇਨ ਐਡੀਸ਼ਨ ਟੂ ਗੁਰਦੁਆਰਾਜ਼ ਵਾਟ ਵੀ ਨੀਡ ਇਨ ਗੁਰਦੁਆਰਾਜ਼ ਇਜ਼ ਦਾ ਕਮਿਊਨਿਟੀ ਸੈਂਟਰਸ। ਉਹ ਇਸ ਕਰਕੇ ਕਿਉਂਕਿ ਜਦੋਂ ਅਸੀਂ ਗੁਰਦੁਆਰੇ ਜਾਂਦੇ ਹਾਂ ਤਾਂ ਆਪਾਂ ਨੂੰ ਰਹਿਤ ਮਰਿਆਦਾ ਦੇ ਹਿਸਾਬ ਨਾਲ ਕਰਨਾ ਪੈਂਦਾ, ਐਂਡ ਰਹਿਤ ਮਰਿਆਦਾ ਇਜ਼ ਮੋਰ ਆਫ ਏ ਰਿਚੁਅਲ, ਇਟ ਹੈਜ਼ ਨਥਿੰਗ ਟੂ ਡੂ ਵਿਦ ਸਰਚਿੰਗ ਵਿਦ ਇਟ। ਉਹ ਜਿਵੇਂ ਕਿਹਾ ਨਾ, ਨਾਨਕ ਲੀਨ ਭਇਓ ਗੋਬਿੰਦ ਸਿਉ ਜੋ ਪਾਣੀ ਸੰਗ ਪਾਣੀ। ਇਫ ਜੇ ਤੁਸੀਂ ਬ੍ਰਹਮ ਅਵਸਥਾ 'ਚ ਜਾਣਾ ਹੈ, ਜੇ ਤੁਸੀਂ ਸੱਚ ਧਨ ਅਵਸਥਾ ਜਾਣਾ ਹੈ, ਤਾਂ ਇਫ ਯੂ ਵਾਂਟ ਟੂ ਸਰਚ ਦ ਬਲਿਸਫੁਲ ਸਟੇਟ ਜਿਹੜੇ ਬਾਬਾ ਨਾਨਕ ਨੇ ਕਿਹਾ ਹੈ, ਉਸ ਵਾਸਤੇ ਯੂ ਗੋਟ ਟੂ ਡੂ ਦ ਰਿਸਰਚ, ਯੂ ਗੋਟ ਟੂ ਸਰਚ ਵਿਦ ਇਨ, ਕਿ ਨਾ ਤੁਸੀਂ ਸਰੀਰ ਹੋ, ਨਾ ਮਨ ਹੋ, ਨਾ ਬੁੱਧੀ ਹੋ। ਅੱਛਾ, ਆਹ ਜਿਹੜੇ ਆਪਾਂ ਗੁਰਦੁਆਰੇ ਦੇ ਗ੍ਰੰਥੀ ਅਤੇ ਸੇਵਾਦਾਰ ਰੱਖੇ ਨੇ, ਹਾਊ ਮਚ ਡੂ ਦੇ ਨੋ? ਆਈ ਵੋਂਟ ਲਾਈਕ ਟੂ ਸੇ ਐਨੀਥਿੰਗ। ਮੈਂ ਈਵਨ ਦਰਬਾਰ ਸਾਹਿਬ ਗਿਆ, ਤੁਸੀਂ ਸਿਆਲਾਂ ਦੇ ਦਿਨ ਜਾਓ, ਚਾਰੋ ਕਨਿਆਰਿਆਂ 'ਚ ਆਪਾਂ ਛਬੀਲਾਂ ਲਾ ਰੱਖੀਆਂ। ਤੁਸੀਂ ਮੈਨੂੰ ਦੱਸੋ ਉੱਥੇ ਪੈਸੇ ਦੀ ਕਿਹੜੀ ਘਾਟ ਹੈ? ਬਈ ਵਾਈ ਕਾਂਟ ਵੀ ਹੈਵ ਏ ਚਾਹ ਦਾ ਲੰਗਰ? ਫਿਰ ਤੁਸੀਂ ਉੱਥੇ ਲੰਗਰ ਚਲੇ ਜਾਓ, ਵਟ ਏ ਲੰਗਰ ਦੇ ਸਰਵ ਯੂ, ਜਿੱਥੇ ਕਿ ਬਈ ਕਰੋੜਾਂ ਦਾਨ ਆਉਂਦਾ। ਹੁਣ ਆਈ ਐਮ ਟਰਾਇੰਗ ਟੂ ਸੇ ਦੇਰ ਇਜ਼ ਅ ਨੀਡ ਟੂ ਇੰਟਰੋਸਪੈਕਟ ਐਂਡ ਟੂ ਫਾਈਟ ਫੋਰ ਆਲ ਦਿਸ ਕੋਰਪਟ ਪ੍ਰੈਕਟਿਸਿਸ ਇਨ ਆਰ ਧਰਮਾ। ਮੈਂ ਤੁਹਾਡੇ ਨਾਲ ਸਹਿਮਤ ਹਾਂ, ਬਹੁਤ ਲੋਕ ਮੇਥੋਂ ਬਹੁਤ ਨਾਰਾਜ਼ ਹੋਣਗੇ, ਬਟ ਦੈਟ ਇਜ਼ ਦਾ ਰੀਅਲ ਟਰੁੱਥ। ਸੋ ਕਹਿੰਦੇ ਸੱਚ ਤਾਂ ਪਰ ਜਾਣੀਏ ਜੇ ਰਿਦਾ ਸੱਚਾ ਹੋਏ। ਅਤੇ ਜੇ ਅਸੀਂ ਐਂ ਖਾਨਾ ਪੂਰੀ ਕਰੀ ਜਾਣੀਏ ਕਿ ਘਰਾਂ 'ਚ ਗੁਰਦੁਆਰੇ ਬਣਾ ਲਓ, ਉੱਥੇ ਆਪਣਾ ਹੋਲੀ ਬੁੱਕਸ ਰੱਖ ਲਓ, ਗਿਵ ਦੈਟ ਔਨ ਰੈਂਟ, ਦੈਟਸ ਨੋਟ ਗੁਰਬਾਣੀ, ਦੈਟਸ ਨੋਟ ਸੇਵਾ। ਸੱਚ ਤਾਂ ਪਰ ਜਾਣੀਏ ਜੇ ਸੇਵਾ ਭਾਵ ਹੋਵੇ, ਵਿਚ ਇਜ਼ ਮਿਸਿੰਗ ਇਨ ਅਸ। ਐਂਡ ਆਈ ਸਟਰੋਂਗਲੀ ਅਪੀਲ ਟੂ ਆਲ ਆਫ ਯੂ ਕਿ ਜਿਹੜੀ ਆਪਣੇ ਬੱਚੇ ਨੇ, ਜਿਹੜੀਆਂ ਆਪਣੀਆਂ ਬੱਚੀਆਂ ਨੇ, ਉਹਨਾਂ ਦਾ ਭਵਿੱਖ ਨੂੰ ਚੰਗਾ ਬਣਾਉਣ ਵਾਸਤੇ ਸਾਨੂੰ ਇਹ ਸਾਰਿਆਂ ਨੂੰ ਐਫਰਟ ਕਰਨਾ ਚਾਹੀਦਾ, ਉਦਮ ਕਰਨਾ ਚਾਹੀਦਾ ਹੈ ਕਿ ਅਸੀਂ ਕਮਿਊਨਿਟੀ ਸੈਂਟਰਸ ਬਣਾਈਏ ਤਾਂ ਕਿ ਗੁਰਦੁਆਰੇ ਦੀ ਰਹਿਤ ਮਰਿਆਦਾ ਵੀ ਰਹੇ ਅਤੇ ਅਸੀਂ ਜਿਹੜੇ ਬੱਚੇ ਅੰਗਰੇਜ਼ੀ 'ਚ ਸੁਣਨਾ ਮੰਗਦੇ ਨੇ ਉਹਨੂੰ ਵਾਸਤੇ ਅਲੱਗ ਪਲੈਟਫਾਰਮ ਬਣਾ ਦੀਜੀਏ, ਅਤੇ ਜਿਹੜੇ ਅੰਗਰੇਜ਼ੀ 'ਚ ਉਹਨੂੰ ਇੰਟਰਪ੍ਰੇਟ ਕਰ ਸਕਦੇ ਨੇ, ਗੁਰਬਾਣੀ ਨੂੰ ਟ੍ਰਾਂਸਲੇਟ ਕਰ ਸਕਦੇ ਨੇ, ਦੇ ਕੈਨ ਸਪੀਕ ਟੂ ਦਾ ਕਿਡਸ। ਤੁਸੀਂ ਦੇਖਣਾ ਸਲੋਲੀ ਸਲੋਲੀ ਕਮਿਊਨਿਟੀ ਸੈਂਟਰਸ 'ਚ ਆਪਣੇ ਬੱਚੇ ਜ਼ਿਆਦਾ ਜਾਣ ਲੱਗ ਜਾਣਗੇ, ਐਕਸੈਪਟ ਵੀ ਓਲਡ ਇਜ਼ ਵਿਲ ਬੀ ਗੋਇੰਗ ਟੂ ਦਾ ਗੁਰਦੁਆਰਾ, ਐਂਡ ਦੈਟਸ ਦਾ ਨੀਡ ਆਫ ਦਾ ਆਰ।
ਅਤੇ ਜੇ ਕਿਸੇ ਦਾ ਕੋਈ ਵੀ ਪ੍ਰਸ਼ਨ ਹੈ, ਮੈਂ ਜਿਵੇਂ ਪਹਿਲਾਂ ਬੇਨਤੀ ਕੀਤੀ ਸੀ, ਮਾਈ ਈਮੇਲ ਇਜ਼ ਵੈਰੀ ਸਿੰਪਲ, ਇਟ ਇਜ਼ billugrewal@yahoo.com, ਦੈਟ ਇਜ਼ billoo ਗਰੇਵਾਲ GREWAL@yahoo.com। ਸੋ ਜਿਹਦਾ ਵੀ ਕੋਈ ਪ੍ਰਸ਼ਨ ਹੋਵੇ ਜਾਂ ਜਿਹਦੀ ਵੀ ਕੋਈ ਰਿਡਲ ਹੋਵੇ ਜਾਂ ਜਿਹੜਾ ਵੀ ਕੋਈ ਪਰਸਨਲ ਇਸ਼ੂ ਹੋਵੇ, ਪਲੀਜ਼ ਸੈਂਡ ਮੀ ਔਰ ਈਮੇਲ। ਯੂ ਕੈਨ ਸੈਂਡ ਇਟ ਇਨ ਪੰਜਾਬੀ, ਯੂ ਕੈਨ ਸੈਂਡ ਇਟ ਇਨ ਇੰਗਲਿਸ਼। ਆਰ ਮਾਈ ਫੋਨ ਨੰਬਰਸ ਆਈ ਵਿਲ ਗਿਵ ਯੂ, ਯੂ ਕੈਨ ਕਾਲ ਮੀ, ਆਈ ਹੈਵ ਐਨ ਆਨਸਰਿੰਗ ਮਸ਼ੀਨ ਔਨ ਇਟ, ਆਰ ਕਾਲ ਯੂ ਬੈਕ ਵਿਦ ਇਨ ਅ ਮੈਟਰ ਆਫ 3 days ਇਫ ਆਈ ਐਮ ਅਵੇ ਫਰੋਮ ਦੇਅਰ। ਇਨ ਕੇਸ ਆਈ ਐਮ ਅਵੇ, ਯੂ ਕੈਨ ਲੀਵ ਔਨ ਦਾ ਆਨਸਰਿੰਗ ਮਸ਼ੀਨ ਵੈਨ ਆਈ ਕਮ ਬੈਕ ਟੂ ਮਾਈ ਪਲੇਸ, ਬਿਕੋਜ਼ ਆਰ ਡੋਟਰ ਇਜ਼ ਲਿਵਿੰਗ ਅਬਾਊਟ 80 miles ਅਵੇ, ਅਸੀਂ ਉਹਦੇ ਕੋਲ ਜਾਂਦੇ ਹੁੰਦੇ ਹਾਂ। ਤਾਂ ਵੈਨ ਐਵਰ ਆਈ ਬੈਕ, ਵੈਨ ਆਈ ਐਮ ਬੈਕ ਇਨ ਮਾਈ ਹੋਮ, ਫਸਟ ਥਿੰਗ ਆਈ ਡੂ ਇਜ਼ ਆਈ ਕਾਲ ਯੂ ਬੈਕ, ਆਈ ਗਿਵ ਦਾ ਆਨਸਰ ਟੂ ਦਾ ਬੈਸਟ ਆਫ ਮਾਈ ਨੌਲੇਜ ਐਂਡ ਅਬਿਲਿਟੀ। ਥੈਂਕ ਯੂ ਸੋ ਮਚ ਗਰੇਵਾਲ ਸਾਹਿਬ। ਮੈਂ ਥੋੜ੍ਹਾ ਜਿਹਾ ਬਰੀਫ 'ਚ ਜੋ ਅਸੀਂ ਡਿਸਕਸ ਕੀਤਾ ਉਹਨੂੰ ਮੈਂ ਸਮ ਅਪ ਕਰ ਦਿੰਦਾ ਕਿ ਇੱਕ ਤਾਂ ਨੌਰਥ ਅਮੈਰੀਕਾ 'ਚ ਬਹੁਤ ਜ਼ਰੂਰਤ ਹੈ ਕਿ ਗੁਰਦੁਆਰਾ ਸੁਧਾਰ ਮੂਵਮੈਂਟ ਸ਼ੁਰੂ ਕੀਤੀ ਜਾਵੇ, ਔਰ ਸੁਧਾਰ ਮੇਰੇ ਖਿਆਲ ਇਸ ਏਮ ਦੇ ਨਾਲ ਹੋਵੇ ਕਿ ਸਾਡੀ ਜਿਹੜੀ ਸੈਕਿੰਡ ਔਰ ਥਰਡ ਜਨਰੇਸ਼ਨ ਉਹਨੂੰ ਅਸੀਂ ਗੁਰਬਾਣੀ ਦੇ ਨਾਲ ਜੋੜਨਾ, ਉਹ ਤਾਂ ਹੀ ਜੋੜ ਸਕਦੇ ਹਾਂ ਜੇ ਇੱਕ ਜਿਹੜੀ ਫਾਰਮਲਾਈਜ਼ ਟ੍ਰੇਨਿੰਗ ਹੋਵੇ ਸਾਡੇ ਜਿਹੜੇ ਗ੍ਰੰਥੀ ਨੇ, ਜਿਹੜੇ ਸਾਡੇ ਪ੍ਰਚਾਰਕ ਨੇ। ਇਸ ਵੇਲੇ ਕਿਸੇ ਦੀ ਵੀ ਫਾਰਮਲਾਈਜ਼ ਟ੍ਰੇਨਿੰਗ ਨਹੀਂ ਹੈ, ਉਹਨਾਂ ਨੂੰ ਇੰਗਲਿਸ਼ ਦਾ ਨੌਲੇਜ ਬਹੁਤ ਜ਼ਰੂਰੀ ਹੈ, ਔਰ ਗੁਰੂ ਗ੍ਰੰਥ ਸਾਹਿਬ ਦਾ ਵੀ ਨੌਲੇਜ ਬਹੁਤ ਜ਼ਰੂਰੀ ਹੈ। ਹਾਲੇ ਇਸ ਵੇਲੇ ਤੱਕ ਉਹਨਾਂ ਨੂੰ ਪੈਰੀਫੇਰੀਅਲ ਨੌਲੇਜ ਹੈ ਬਾਹਰ ਦਾ, ਪਾਰਡਨ ਮਾਈ ਸੇਇੰਗ, ਕਿ ਬਹੁਤ ਵੱਡੇ ਗਿਆਨੀ ਵੀ ਉਹ ਹੈ ਕਿ ਉਹਨਾਂ ਨੂੰ ਡੀਪ ਨੌਲੇਜ ਨਹੀਂ ਹੈ ਜਿਹੜਾ ਕਿ ਹੋਣਾ ਚਾਹੀਦਾ। ਉਹ ਤਾਂ ਹੀ ਹੋ ਸਕਦਾ ਜੇ ਕਿ ਉਹਨਾਂ ਦੀ ਚੰਗੀ ਫਾਰਮਲਾਈਜ਼ ਟ੍ਰੇਨਿੰਗ ਹੋਵੇ। ਔਰ ਦੂਸਰਾ, ਤੁਸੀਂ ਇੱਕ ਦੋ ਵਿਚਾਰ ਬੜੇ ਇੰਟਰਸਟਿੰਗ ਲਿਆਏ ਕਿ ਕਮਿਊਨਿਟੀ ਨੂੰ ਇਸ ਵੇਲੇ ਲੋੜ ਹੈ ਕਿ ਕਮਿਊਨਿਟੀ ਸੈਂਟਰਸ ਦੀ, ਅਦਰਵਾਈਜ਼ ਕੀ ਹੋਇਆ, ਵਿਲੀ ਨੀਲੀ ਗੁਰਦੁਆਰਾ ਸਾਹਿਬ ਐਂਡ ਕਮਿਊਨਿਟੀ ਸੈਂਟਰ ਮਿਕਸਅਪ ਹੋ ਰਹੇ ਆ। ਗੁਰਦੁਆਰਾ ਆਈ ਮੀਨ ਅਸੀਂ ਯੂਜ਼ ਕਰ ਰਹੇ ਹਾਂ ਆਪਣੀ ਥੋੜ੍ਹਾ ਗੈਟ ਟੂਗੈਦਰ ਫੋਰ ਇੰਟਰੈਕਸ਼ਨ ਹੋ ਰਹੀ ਹੈ, ਕਿ ਦੈਟ ਉਹ ਜਿਹੜਾ ਹੈਗਾ ਫੋਰਮੈਲਿਟੀ ਜਿਹੜੀ ਹੋਣੀ ਚਾਹੀਦੀ ਹੈ, ਪਿਓਰ ਗੁਰਬਾਣੀ ਜਿਹੜੀ ਹੋਣੀ ਚਾਹੀਦੀ ਹੈ, ਉਹ ਮਿਕਸਅਪ ਹੋ ਰਹੀ ਹੈ। ਦੈਟਸ ਅ ਗੁੱਡ ਥਿੰਗ। ਔਰ ਨਹੀਂ, ਪਾਰਟ ਆਫ ਗੁਰਦੁਆਰਾ ਵੀ ਕੈਨ ਬੀ ਕਮਿਊਨਿਟੀ ਸੈਂਟਰ, ਗੁਰਦੁਆਰਾ ਕੈਨ ਬੀ ਲਾਈਕ ਲਾਇਬ੍ਰੇਰੀ, ਲਾਇਬ੍ਰੇਰੀ ਕੈਨ ਬੀ ਯੂਜ਼ਡ ਐਜ਼ ਅ ਕਮਿਊਨਿਟੀ ਸੈਂਟਰ, ਵੈਰੀ ਰਾਈਟ। ਔਰ ਜਿਹੜੇ ਸਾਡੇ ਪ੍ਰਚਾਰਕ ਨੇ, ਮੇਰੇ ਖਿਆਲ ਉਹਨਾਂ ਦੀ ਪੇ ਐਂਡ ਅਲਾਉਂਸਸ ਤੇ ਵੀ ਧਿਆਨ ਦਿੱਤਾ ਕਿ ਉਹਨਾਂ ਨੂੰ ਬਹੁਤ ਐਕਸਪਲੋਇਟ ਕੀਤਾ ਜਾ ਰਿਹਾ, ਦੇ ਮਸਟ ਬੀ ਪੇਡ ਵੈਲ, ਦੇ ਮਸਟ ਬੀ ਪ੍ਰੋਵਾਈਡਡ ਰੀਜ਼ਨੇਬਲ ਅਕੋਮੋਡੇਸ਼ਨ, ਮਿਨੀਮਮ ਵੇਜਸ ਉਹਨਾਂ ਦੀਆਂ ਵੀ ਹੋਣੀ ਚਾਹੀਦੀ ਆ, ਕਿਉਂਕਿ ਉਹਨਾਂ ਨੂੰ ਐਕਸਪਲੋਇਟ ਕੀਤਾ ਜਾ ਰਿਹਾ, ਕਿਉਂਕਿ ਵਿਚਾਰੇ ਇੰਡੀਆ ਤੋਂ ਆਉਂਦੇ 6 ਮਹੀਨੇ ਨੇ। ਨਹੀਂ ਦੇਖੋ, ਗੱਲ ਇਹ ਹੈ, ਮੇਰਾ ਇੱਥੇ ਹੋਰ ਸਵਾਲ ਹੈ। ਚਰਚ 'ਚ ਸਿਰਫ ਇੱਕ ਪ੍ਰੀਚਰ ਹੁੰਦਾ, ਹਾਂਜੀ, ਇੱਕ ਸੇਵਾਦਾਰ ਹੁੰਦਾ। ਆਪਣੇ ਹਰੇਕ ਗੁਰਦੁਆਰੇ ਤੁਹਾਨੂੰ 10 ਸੇਵਾਦਾਰ ਮਿਲਣਗੇ, 5 ਪ੍ਰੀਚਰ ਮਿਲਣਗੇ। ਸੋ ਆਈ ਮੀਨ ਵੀ ਹੈਵ ਓਵਰ ਸਟੋਕ ਦੈਮ, ਵੀ ਹੈਵ ਓਵਰ ਸਟਾਫ ਦੈਮ, ਦੇਰ ਇਜ਼ ਨੋ ਨੀਡ। ਅੱਛਾ, ਜੇ ਤੁਸੀਂ ਲੰਗਰ ਸੇਵਾ ਕਰਨੀ ਹੈ ਗੁਰਦੁਆਰੇ 'ਚ, ਜਿਹੜੇ ਕਰਨਾ ਮੰਗਦੇ ਉਹ ਬਣਾ ਆਪਣਾ ਘਰੋਂ ਲੰਗਰ ਬਣਾ ਕੇ ਲਿਆਉਣ, ਦੇ ਕੈਨ ਸਰਵ ਦੈਟ ਦੇਅਰ। ਅੱਛਾ ਚਲੋ, ਇਟਸ ਅ ਬਿਗ ਗੁਰਦੁਆਰਾ ਜਿੱਥੇ ਰੈਗੂਲਰ ਤੁਸੀਂ ਲੰਗਰ ਸੇਵਾ ਕਰਨੀ ਹੈ, ਦੇਰ ਇਜ਼ ਨੋ ਰੀਜ਼ਨ, ਵੋਲੰਟੀਅਰਸ ਕੈਨ ਕਮ ਐਂਡ ਹੈਲਪ। I agree with you, but changes, that's difficult, you know, they have to come about, but ضروری نہیں کہ ہر ایک جگہ ایکو ہی ماڈل ہو ہر جگہ لوکل ایز پر دی نیڈ ہے ایز پر دی نیڈ وہ ہونی چاہیے بٹ نیکسٹ تسی ایک اور سجھاؤ دیتا کہ پیرنٹس گرینڈ پیرنٹس نو بھی ਇਟਸ ਨੋਟ ਡਿਫੀਕਲਟ ਟੂ ਲਰਨ ਇੰਗਲਿਸ਼, ਬਿਲਕੁਲ ਠੀਕ ਗੱਲ ਹੈ, ਇਟਸ ਨੋਟ ਡਿਫੀਕਲਟ ਟੂ ਲਰਨ ਕੰਪਿਊਟਰ, ਜੇ ਉਹਨਾਂ ਨੇ ਕਨੈਕਟਡ ਰਹਿਣਾ ਗ੍ਰੈਂਡ ਚਿਲਡਰਨ ਦੇ ਨਾਲ। ਇਸ ਵੇਲੇ ਵੀ ਕਮਿਊਨਿਟੀ ਕੋਸ਼ਿਸ਼ ਕਰ ਸਕਦੀ ਹੈ, ਵੀ ਕੈਨ ਸਟਾਰਟ ਸਮ ਸੈਂਟਰ ਵੇਅਰ, ਉੱਥੇ ਆ ਕੇ ਉਹ ਉਹਨਾਂ ਨੂੰ ਬੇਸਿਕ ਜਿਹੜਾ ਇੰਗਲਿਸ਼ ਦਾ ਨੌਲੇਜ ਮਿਲੇ। ਹਾਂਜੀ ਨਾ, ਯੂ ਸ਼ੁੱਡ ਨੈਵਰ ਸੇ ਡਾਈ, ਇਟ ਕੈਨ ਆਲਵੇਜ਼ ਸਟਾਰਟ। ਵੈਰੀ ਰਾਈਟ, ਵੈਰੀ ਰਾਈਟ। ਦੇਖੋ ਗੱਲ ਇਹ ਹੈ, ਸਾਧ ਸੰਗਤ ਮੇਰਾ ਇਹ 76ਵਾਂ ਸਾਲ ਹੈ, ਜੇ ਮੈਂ ਤੁਹਾਡੀ ਸੇਵਾ ਕਰ ਸਕਦਾ, ਵਾਈ ਕਾਂਟ ਯੂ, ਯੂ ਗੋਟ ਟੂ ਥਿੰਕ ਦੈਟ ਵੇ, ਕਿ ਬਈ ਇਹ ਤਾਂ ਸੇਵਾ ਹੈ, ਅਤੇ ਸੇਵਾ ਕਿਹਦੀ ਹੈ, ਧਰਮ ਦੀ, ਧਰਮ ਦੀ ਆਪਣੇ ਬੱਚਿਆਂ ਦੀ। ਲੈਟਸ ਜੁਆਇਨ ਟੂਗੈਦਰ, ਲੈਟਸ ਬ੍ਰਿੰਗ ਆਰ ਯੰਗਰ ਜਨਰੇਸ਼ਨ ਫੋਰਵਰਡ ਐਂਡ ਦੇ ਆਰ ਫਿਊਚਰ ਆਫ ਅਮੈਰੀਕਾ ਐਂਡ ਕੈਨੇਡਾ। ਤਾਂ ਅਸੀਂ ਵਾਪਸ ਜਾਂਦੇ ਹਾਂ ਉਸੇ ਸਬਜੈਕਟ 'ਤੇ ਜਿਹੜਾ ਅਸੀਂ ਸ਼ੁਰੂ ਕੀਤਾ ਸੀ, ਮੈਡੀਟੇਸ਼ਨ। ਇੱਕ ਸੈਗਮੈਂਟ ਹੋਰ ਤੁਹਾਡੇ ਨਾਲ ਰਿਕਾਰਡ ਕਰਾਂਗੇ। ਹੁਣ ਅਸੀਂ ਸ਼ੁਰੂ ਕਰਦੇ ਹਾਂ ਕਿ ਕੋਈ ਜਿਹੜਾ ਕਿਸੇ ਨੇ ਕਦੀ ਵੀ ਮੈਡੀਟੇਸ਼ਨ ਨਹੀਂ ਕੀਤੀ, ਨਾ ਸੁਣਿਆ,
करना चाहते हैं बेसिक्स तो कोई भी इंसान कोई भी सिख कोई भी सिखनी वो शुरू करना चाहन कोई बच्चा शुरू करना उन्हें किस तरह तो स्टेप बाय स्टेप देखो जी गल है इट हैज नथिंग टू डू विद धर्म पहले मैं गल साध संगत नूं साफ करदा कि इहदा ना इस्लाम ना रिलेशन है ना हिंदुइज्म ना रिलेशन है ना सिखिज्म ना रिलेशन है अपना जिहड़ा धर्म निकलिया अपने दसां दे दस गुरु खत्री सीगे अच्छा उन्हां दे किसे दे नां दे अगे सिंह नहीं लग्या सी सब देव सी अपा बाबा वो बंदा बहादुर नूं भी बंदा बहादुर सिंह बनाता वी आर वी ट्राइंग टू डिस्टोर्ट हिस्टरी अपना एक हैरीटेज गुरुद्वारा बनिया सी स्टॉकटन च बड़ा सोहना लकड़ की बिल्डिंग बनी सी वो पट के हुण उत्थे ग्रेनाइट लाता अपां कदे कोशिश नहीं कीती इन्हां अंग्रेज़ां तो या अमरीकनां तो सीखण दी कि भी जिहड़ी हैरीटेज चीज़ है जिहड़ी तुहाडा इतिहास है तुसीं उहनूं किवें खराब कर सकदे हो उस तिकरे आपां दरबार साहिब चले जाइए जिहड़ी पुराणी मीनाकारी पुराणी नक्शाकारी कीती हुई सी आ जिन्ने बाबे सेवा वाले आए दे हैड नो क्लू है कि भाई तसले लियाओ बस रेता चक्की चलो तो सीमेंट चक्की चलो करी चलो आई मीन वी मस्ट चेंज आवर सेल्स कि भाई जिहड़ा काम स्पेशलाइज्ड है स्पेशलाइज्ड बंदे ने करना है वो ही करे हुण देखो गुरुद्वारा दरबार साहिब हुण अपना उत्ते वो एक लाइब्रेरी बना रखी है किड्डे वड्डी अपनी वो है देन है बाबियां दी होर संतां दी महात्मा दी वाई कांट वी हैव ए बिग लाइब्रेरी इत्थे किन्नियां वधिया लाइब्रेरीज ने हैव वी एवर मेड एन एफर्ट वी हैव नेवर मेड एन एफर्ट सो दीज आर द पॉइंट्स जिहड़े आपां नूं अपने धर्म नूं अगे ले जाण वास्ते जरूरी ने फिर मेरी एक होर बेनती है जे तुहाडा कोई गोरा काला लेटीनो दोस्त है ਉਹਨੂੰ ਤੁਸੀਂ ਗੁਰਦੁਆਰੇ ਲੈ ਕੇ ਆਓ ਸੈਟਰਡੇ ਸੰਡੇ ਨੂੰ ਉਹਨੂੰ ਲਿਆ ਕੇ ਉੱਥੇ ਲੰਗਰ ਛਕਾਓ ਉਹਨੂੰ ਦੱਸੋ ਵੀ ਸਾਡਾ ਸਿਸਟਮ ਕੀ ਹੈ ਤਾਂ ਕਿ ਉਹ ਤੁਹਾਡੇ ਪਾਸੇ ਨੂੰ ਰੁਝਾਨ ਰੱਖੇ ਹੁਣ ਤੁਸੀਂ ਕਹਿੰਦੇ ਕਿ ਜੀ ਅਸੀਂ ਤਾਂ ਸਾਡੀ ਲੰਗਰ ਪ੍ਰਥਾ ਪਰ ਜੇ ਤੁਸੀਂ ਲੋਕਾਂ ਨੂੰ ਬੁਲਾ ਕੇ ਲੰਗਰ ਛਕਾਉਂਦੇ ਨਹੀਂ ਹਾਊ ਵਿਲ ਦੇ ਨੋ ਅੱਛਾ ਫਿਰ ਕਿੰਨੇ ਹੋਮਲੈਸ ਨੇ ਕਿੰਨੇ ਹੰਗਰੀ ਨੇ ਕਿੰਨੇ ਹੈਲਪਲੈਸ ਨੇ ਕਿੰਨੇ ਡਿਸੇਬਲਡ ਨੇ ਕਦੇ ਆਪਾਂ ਕੋਸ਼ਿਸ਼ ਕੀਤੀ ਕਿ ਜਿਹੜਾ ਲੰਗਰ ਬਚ ਗਿਆ ਜਾ ਕੇ ਉਹਨਾਂ ਨੂੰ ਛਕਾਈਏ ਪਤਾ ਕੀ ਕਹਿੰਦੇ ਨੇ ਕਿ ਜੀ ਕਾਨੂੰਨ ਨਹੀਂ ਪਰਮਿਟ ਕਰਦਾ ਕਾਨੂੰਨ ਕਿਤੇ ਨਹੀਂ ਕਹਿੰਦਾ ਬਈ ਤੁਸੀਂ ਲੰਗਰ ਨਹੀਂ ਛਕਾ ਸਕਦੇ ਐਜ ਲੌਂਗ ਐਸ ਉਹਨਾਂ ਦੀਆਂ ਗਾਈਡਲਾਈਨਸ ਲੈ ਕੇ ਉਹਨੂੰ ਬਣਾਓ ਅਤੇ ਡਾਊਨ ਟਾਊਨ ਬਹੁਤ ਹੋਮਲੈਸ ਬੈਠੇ ਹੁੰਦੇ ਨੇ ਹੰਗਰੀ ਬੈਠੇ ਹੁੰਦੇ ਨੇ ਆਪਾਂ ਜਾ ਕੇ ਉੱਥੇ ਉਹਨਾਂ ਨੂੰ ਲੰਗਰ ਛਕਾ ਸਕਦੇ ਹਾਂ ਉਹਦੇ ਨਾਲ ਇੱਕ ਤਾਂ ਤੁਹਾਨੂੰ ਮੈਨੂੰ ਤਸੱਲੀ ਹੋਊਗੀ ਆਪਣੀ ਸ਼ਰਧਾ ਵਧੂਗੀ ਆਪਣੇ ਮਨ 'ਚ ਪਿਆਰ ਉੱਠੂ ਜਿਹੜੇ ਬਾਕੀ ਇੱਥੇ ਨੇ ਗੋਰੇ ਕਾਲੇ ਲਟੀਨੋਜ਼ ਦੂਜੇ ਨੇ ਆਪਣਾ ਸਾਊਥ ਏਸ਼ੀਅਨ ਨੇ ਉਹਨਾਂ ਦਾ ਆਪਣੇ ਧਰਮ ਦੇ ਬਾਰੇ ਪਿਆਰ ਵਧੂਗਾ ਉਹਨਾਂ ਦਾ ਸਤਿਕਾਰ ਹੋਊਗਾ ਆਪਣੇ ਧਰਮ ਬਾਰੇ ਤਾਂ ਮੇਰੀ ਬੇਨਤੀ ਹੈ ਕਿ ਇਟਸ ਏ ਆਲ ਰਾਊਂਡ ਡਿਵੈਲਪਮੈਂਟ ਵਿੱਚ ਵੀ ਨੀਡ ਇਨ ਸਿੱਖਿਜ਼ਮ ਟੂ ਬ੍ਰਿੰਗ ਆਰ ਸਿੱਖਿਜ਼ਮ ਐਟ ਏ ਵਰਲਡ ਲੈਵਲ And ours is one of the finest religions in the world, which is most secular, most acceptable, and free kitchen philosophy is popular the world over. It was started by the Sufi saint, Baba Farid. So, meri phir tuhanu hath jod ke benti hai, let's join together, let's get on to this mission with the help of Sur Sagar TV and Radio Network. Thank you so much, Grewal Sahib. Sanu badi khushi hai ki tusi studio aaye. Asi aaj spiritualism, meditation, thank you, sir. Mindfulness te gal kiti hai. Asi tuhade naal eh vartalaap jari rakhange. Tusi badi interesting cheez kahi hai ki asi kai jagah granite is tarah laata ਕਿ ਈਵਨ ਅਸੀਂ ਸਰਹੰਦ 'ਚ ਜਿਹੜੇ ਬੱਚਿਆਂ ਨੂੰ ਕੰਧ 'ਚ ਚਿਣਿਆ ਗਿਆ ਸੀ ਉਹ ਵੀ ਜਿਹੜੀ ਪੁਰਾਣੀ ਜਿਹੜੀ ਦੀਵਾਰ ਹੁੰਦੀ ਸੀ ਉਹ ਵੀ ਉਹਨਾਂ ਨੇ ਢਾ ਕੇ ਉਹਦੇ ਉੱਪਰ ਪਲਾਸਟਰ ਕਰ ਦਿੱਤਾ ਅਸੀਂ ਹਿਸਟਰੀ ਆਪਣੀ ਵਿਰਾਸਤ ਨੂੰ ਵੀ ਮਸਟ ਮੇਨਟੇਨ ਇਟ ਵੀ ਮਸਟ ਪ੍ਰੀਜ਼ਰਵ ਇਟ ਬਿਲਕੁਲ ਬਿਲਕੁਲ ਤਾਂ ਕਿ ਆਪਾਂ ਆਪਣੀ ਅਗਲੀ ਜਨਰੇਸ਼ਨ ਨੂੰ ਦੱਸੀਏ ਕਿ ਵੀ ਇਹ ਸਾਹਿਬਜ਼ਾਦੇ ਸੀ ਪਹਿਲੀ ਦਸਵੀਂ ਪਾਤਸ਼ਾਹੀ ਦੇ ਕੀ ਹੋਇਆ
ਤੁਹਾਡੇ ਨਾਲ ਵਾਰਤਾਲਾਪ ਰੱਖਾਂਗੇ। ਅਸੀਂ ਦਰਸ਼ਕਾਂ ਨੂੰ ਵੀ ਦੱਸਦੇ ਹਾਂ ਕਿ ਇਹਨਾਂ ਦਾ ਨੰਬਰ ਸਕਰੀਨ 'ਤੇ ਦੇ ਦਿੱਤਾ ਹੈ, ਤੁਸੀਂ ਕਾਲ ਕਰ ਸਕਦੇ ਹੋ, ਔਰ ਈਮੇਲ ਵੀ ਇਹਨਾਂ ਨੇ ਦੱਸ ਦਿੱਤੀ ਹੈ, billu@yahoo.com billu@yahoo.com। ਥੈਂਕ ਯੂ ਸੋ ਮਚ। ਅੱਛਾ, ਐਂਡ ਇੱਕ ਹੋਰ ਬੇਨਤੀ ਹੈ, ਇਫ ਸੰਗਤ ਵਾਂਟਸ ਮੀ ਆਈ ਐਮ ਵਿਲਿੰਗ ਟੂ ਕਮ ਐਵਰੀ 3 ਮੰਥਸ ਫੋਰ 10 ਡੇਸ। ਵੈਰੀ ਗੁੱਡ, ਵੀ ਵਿਲ ਬਟ ਵਾਰਨ ਮੀ ਬਿਫੋਰ ਟਾਈਮ। ਹਾਂਜੀ, ਆਈਲ ਕਮ ਹੇਅਰ, ਵੀ ਕੈਨ ਹੈਵ ਅ ਸੈਂਟਰਲ ਪਲੇਸ ਇਨ ਟੋਰਾਂਟੋ, ਆਪਾਂ ਜਿੱਥੇ ਫ੍ਰੀ ਕੈਂਪ ਮੈਡੀਟੇਸ਼ਨ ਸਿਖਾਉਣ ਵਾਲਾ ਲਾ ਸਕਦੇ ਹਾਂ। ਸੋ ਦੈਟ ਵਿਲ ਬੀ ਵੰਡਰਫੁਲ, ਐਂਡ ਵੀ ਕੈਨ ਇੰਟਰੈਕਟ ਵਿਦ ਵੋਲੰਟੀਅਰਸ, ਦੋਜ਼ ਹੂ ਕੈਨ ਟੀਚ ਆਰ ਯੰਗਰ ਜਨਰੇਸ਼ਨ ਟੂ ਇੰਟਰਪ੍ਰੇਟ ਗੁਰਬਾਣੀ ਇਨ ਇੰਗਲਿਸ਼। ਓ, ਦੈਟ ਵਿਲ ਬੀ ਵੈਰੀ ਗੁੱਡ। ਅੱਛਾ ਜੀ, ਥੈਂਕ ਯੂ ਸੋ ਮਚ, ਸਤਿ ਸ਼੍ਰੀ ਅਕਾਲ।